ਅੱਜ ਅਸੀਂ ਦਾਣਾ ਮੰਡੀ ਮਹਿਲ ਕਲਾਂ ਵਿਖੇ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ 21ਵੇਂ ਸ਼ਰਧਾਂਜਲੀ ਸਮਾਗਮ ਸਮੇਂ ਇਕੱਠੇ ਹੋਏ ਹਾਂ। ਉਹ ਬੱਚੀ ਜਿਸ ਬੱਚੀ ਨੂੰ 29 ਜੁਲਾਈ 1997 ਨੂੰ ਜਦੋਂ ਉਹ ਕਾਲਜ ਤੋਂ ਵਾਪਸ ਪਰਤ ਰਹੀ ਸੀ ਦਿਨ ਦਿਹਾੜੇ ਖੇਤਾਂ ਦੇ ਵਿੱਚ ਉਹਨੂੰ ਦਿਨ ਦਿਹਾੜੇ ਅਗਵਾ ਕਰਨ ਤੋਂ ਬਾਅਦ ਉਹਦੇ ਨਾਲ ਸਮੂਹਿਕ ਗੈਂਗਰੇਪ ਕਰਨ ਤੋਂ ਬਾਅਦ ਉਹਦੀ ਲਾਸ਼ ਨੂੰ ਖੇਤਾਂ ਦੇ ਵਿੱਚ ਨੱਪ ਦਿੱਤਾ ਸੀ ਅਤੇ ਉਸ ਬੱਚੀ ਦਾ ਥੋੜ੍ਹੇ ਸਮੇਂ ਬਾਅਦ ਉਹਦਾ ਸਾਈਕਲ ਉਹਦੇ ਕੱਪੜੇ ਉਹਦੀਆਂ ਕਿਤਾਬਾਂ ਉਸ ਥਾਂ ਤੋਂ ਮਿਲ ਗਈਆਂ ਸਨ ਜਿਸ ਥਾਂ ਤੋਂ ਅਸੀਂ 14 ਦਿਨਾਂ ਬਾਅਦ ਬਹੁਤ ਵੱਡੀ ਜੱਦੋਜਹਿਦ ਤੋਂ ਬਾਅਦ ਉਸ ਬੱਚੀ ਦੀ ਲਾਸ਼ ਨੂੰ ਬਰਾਮਦ ਕਰਾਇਆ ਸੀ। ਉਸ ਬੱਚੀ ਦੀ ਲਾਸ਼ ਜਦੋਂ ਅਸੀਂ ਕਢਾਈ ਸੀ ਤਾਂ ਉਸ ਬੱਚੀ ਦੇ ਹੱਥਾਂ ਦੇ ਵਿੱਚ ਉਹਨਾਂ ਜਰਵਾਣਿਆਂ ਦੇ ਜਿਹੜੇ ਮਹਿਲ ਕਲਾਂ ਦੇ ਬਦਨਾਮ ਗੁੰਡਿਆਂ ਦੇ ਕਾਕੇ ਸਨ ਉਹਨਾਂ ਦੇ ਪੁੱਟੇ ਹੋਏ ਉਹਦੇ ਪੋਟਿਆਂ 'ਚ ਵਾਲ ਸਨ ਜਿਹੜਾ ਇਸ ਗੱਲ ਦਾ ਸਬੂਤ ਸੀ ਕਿ ਕਿਰਨਜੀਤ ਨੇ ਈਨ ਨਹੀਂ ਮੰਨੀ ਸਗੋਂ ਅੰਤਲੇ ਦਮ ਤੱਕ ਜੂਦਿਆਂ ਹਾਂ ਸ਼ਹਾਦਤ ਜਾਂ ਕੁਰਬਾਨੀ ਦਿੱਤੀ ਹੈ। ਇਸ ਕਰਕੇ ਕਿਰਨਜੀਤ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਗਿਆ ਅਤੇ ਕਿਰਨਜੀਤ ਆਪ ਮਰ ਕੇ ਔਰਤ ਮੁਕਤੀ ਦੀ ਜੰਗ ਦੇ ਵਿੱਚ ਪ੍ਰਤੀਕ ਬਣੀ ਹੈ। ਹੁਣ 21 ਸਾਲ ਤੋਂ ਮਹਿਲ ਕਲਾਂ ਦੀ ਧਰਤੀ 'ਤੇ ਜਦੋਂ ਲੋਕ ਕਾਫਲੇ ਆਉਂਦੇ ਹੈ ਤਾਂ ਉਸ ਬੱਚੀ ਦੇ ਸ਼ਹਾਦਤ ਨੂੰ ਸਿਜਦਾ ਕਰਦੇ ਹੈ ਔਰ ਉਸ ਬੱਚੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਹੋਇਆਂ ਪਰਨ ਕਰਦੇ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਸ ਸੰਘਰਸ਼ ਨੂੰ ਹੋਰ ਅੱਗੇ ਵਧਾਉਣਾ ਹੈ। ਔਰਤਾਂ 'ਤੇ ਹੁੰਦੇ ਜ਼ੁਲਮ ਭਾਵੇਂ ਉਸ ਇਲਾਕੇ 'ਚ ਤਾਂ ਖਤਮ ਹੋ ਗਏ ਹੈ, ਇਸ ਇਲਾਕੇ 'ਚ ਖਤਮ ਹੋ ਗਿਆ, ਪਰ ਔਰਤਾਂ 'ਤੇ ਜ਼ੁਲਮ ਦੀ ਭਿਆਨਕ ਤਸਵੀਰ ਜਦੋਂ ਅਸੀਂ ਵੇਖਦੇ ਹਾਂ ਤਾਂ ਉਹ ਬਹੁਤ ਭਿਆਨਕ ਤਸਵੀਰ ਹੈ। ਔਰਤਾਂ 'ਤੇ ਜ਼ੁਲਮ ਜਦੋਂ ਅਸੀਂ ਕੁੱਲ ਮੁਲਕ ਪੱਧਰ 'ਤੇ ਦੇਖਦੇ ਹਾਂ ਤਾਂ 121% ਦੇ ਹਿਸਾਬ ਦੇ ਨਾਲ ਯੂਪੀ ਦੇ ਅੰਦਰ ਉਹ ਜਿਹੜੇ ਜ਼ੁਲਮਾਂ ਦੀ ਦਰ ਵੱਧਦੀ ਹੈ ਅਤੇ ਦੂਜੇ ਪਾਸੇ ਕਹਿਣ ਨੂੰ ਭਾਵੇਂ ਕਿਹਾ ਜਾਂਦਾ ਹੈ ਕਿ ਔਰਤਾਂ 'ਤੇ ਜਿਹੜੇ 12 ਸਾਲ ਤੋਂ ਘੱਟ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਹੈ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ, ਉਹਨਾਂ ਨੂੰ ਫਾਂਸੀ ਦਿੱਤੀ ਜਾਊਗੀ। ਪਰ ਸੱਚ ਇਹ ਹੈ ਕਿ ਜਿਹੜੇ ਇਹ ਕੁਕਰਮ ਕਰਨ ਵਾਲੇ ਹੈ ਉਹਨਾਂ ਨੂੰ ਸਜ਼ਾ ਦੀ ਦਰ ਮੁਲਕ ਅੰਦਰ 18.9% ਹੈ। ਗੱਲ ਕੀ ਕਿ 5 ਦੇ ਵਿੱਚੋਂ 4 ਉਹ ਦੋਸ਼ੀ ਬਰੀ ਹੋ ਜਾਂਦੇ ਹੈ ਜਿਹੜੇ ਔਰਤਾਂ 'ਤੇ ਜ਼ੁਲਮ ਕਰਦੇ ਹੈ, ਜਿਹੜਾ ਇਸ ਗੱਲ ਦੀ ਇਸ ਪ੍ਰਬੰਧ ਦੀ ਘਿਨਾਉਣੀ ਤਸਵੀਰ ਨੂੰ ਪੇਸ਼ ਕਰਦਾ ਕਿ ਅਸਲ 'ਚ ਔਰਤਾਂ 'ਤੇ ਜ਼ੁਲਮ ਕਰਨ ਦੇ ਨਾਲ ਜਿਹੜੇ ਔਰਤਾਂ 'ਤੇ ਜ਼ੁਲਮ ਕਰਦੇ ਹੈ ਉਹਨਾਂ ਦੀ ਰਾਖੀ ਕਰਦਾ ਇੱਥੋਂ ਦਾ ਢਾਂਚਾ ਅਤੇ ਇਹ ਪੈਦਾਵਾਰ ਇਸ ਢਾਂਚੇ ਦੀ ਪੈਦਾਵਾਰ ਹੈ। ਔਰਤਾਂ 'ਤੇ ਜ਼ੁਲਮ ਜਿਹੜੀ ਇੰਤਹਾ ਹੈ ਉਹ ਕਿਸੇ ਇੱਕ ਦਾ ਇਕੱਲਾ ਕਹਿਰਾ ਵਰਤਾਰਾ ਨਹੀਂ। ਜਦੋਂ ਅਸੀਂ ਗੁਰਦਾਸਪੁਰ ਦੇ ਵਿੱਚ ਅੰਜਲੀ ਦੇ ਵਰਤਾਰੇ ਨੂੰ ਦੇਖਦੇ ਹਾਂ, ਜਦੋਂ ਅਸੀਂ ਕਠੂਏ ਦੇ ਵਿੱਚ ਆਸਫਾ ਦੇ ਵਰਤਾਰੇ ਨੂੰ ਦੇਖਦੇ ਹਾਂ, ਜਦੋਂ ਅਸੀਂ ਅਨਾਓ ਦੇ ਵਿੱਚ ਇਹ ਘਟਨਾਵਾਂ ਨੂੰ ਦੇਖਦੇ ਹਾਂ ਤਾਂ ਉਹ ਘਟਨਾਵਾਂ ਅੱਤ ਦੀਆਂ ਸਾਡੇ ਦਿਲ ਕੰਬਾਊ ਘਟਨਾਵਾਂ ਨੇ, ਸਾਡੇ ਵਾਸਤੇ ਇੱਕ ਸਾਡੇ ਸਮਾਜ 'ਤੇ ਕਲੰਕ ਨੇ, ਸਾਡੇ ਸਮਾਜ 'ਤੇ ਧੱਬਾ ਨੇ। ਇਸ ਕਰਕੇ ਸਮੁੱਚੇ ਤੌਰ 'ਤੇ ਜੇ ਮੈਂ ਕਹਿਣਾ ਹੋਵੇ ਤਾਂ ਇਹ ਕਹਾਂਗਾ ਕਿ ਔਰਤਾਂ 'ਤੇ ਜਬਰ ਜ਼ੁਲਮ ਦੀ ਪੈਦਾਵਾਰ ਇੱਥੋਂ ਦਾ ਢਾਂਚਾ, ਜਿਹੜਾ ਜ਼ਿੰਮੇਵਾਰ ਹੈ ਇੱਥੋਂ ਦਾ ਢਾਂਚਾ, ਜਿਸ ਢਾਂਚੇ ਨੂੰ ਬਦਲੋ ਬਗੈਰ ਔਰਤ ਜਮਾਤ ਦੀ ਮੁਕਤੀ ਨਹੀਂ ਹੋ ਸਕਦੀ। ਔਰਤਾਂ ਨੂੰ ਖੁਦ ਅੱਗੇ ਹੋਣਾ ਪੈਣਾ, ਜਥੇਬੰਦ ਹੋਣਾ ਪੈਣਾ, ਸੰਘਰਸ਼ਾਂ 'ਤੇ ਲੜ ਲੱਗਣਾ ਪੈਣਾ। ਕਿਰਨਜੀਤਾਂ ਅੱਜ ਕਿਰਨਜੀਤ ਮਰ ਗਈ ਹੈ, ਕਿਰਨਜੀਤ ਦੀ ਮਾਂ ਨੂੰ ਪਰਮਜੀਤ ਕੌਰ ਨੂੰ ਕਿਰਨਜੀਤ ਨਹੀਂ ਮਿਲਣੀ, ਪਰ ਅੱਜ ਕਿਰਨਜੀਤਾਂ ਜ਼ਿੰਦਾ ਨੇ, ਅੱਜ ਸੰਸਾਰ ਦੀਆਂ ਮਾਲਕ ਨੇ, ਅੱਜ ਸੰਸਾਰ ਦੀਆਂ ਮਾਲਕ ਔਰਤਾਂ ਨੂੰ ਅਸੀਂ ਪੱਥਰ ਧਨ ਮਗਾਨਾ ਨਹੀਂ, ਅਸੀਂ ਔਰਤਾਂ ਨੂੰ ਉਸ ਸੰਸਾਰ ਦੀਆਂ ਸੰਸਾਰ ਮਾਲਕਾਂ ਨੂੰ ਕਿ ਜਿਹੜਾ ਉਹਦਾ ਇਤਿਹਾਸਕ ਵਿਰਸਾ ਮਾਈ ਭਾਗੋ ਤੋਂ ਲੈ ਕੇ ਭੈਣ ਨਾਨਕੀ ਤੱਕ ਦਾ, ਦੁਰਗਾ ਭਾਬੀ ਤੋਂ ਲੈ ਕੇ ਗਦਰੀ ਗੁਲਾਬ ਕੌਰ ਤੱਕ ਦਾ, ਅਸੀਂ ਇਸ ਇਤਿਹਾਸ ਦੇ ਇਸ ਵਿਰਸੇ ਦੀ ਮਾਲਕ ਬਣਾਉਣਾ ਚਾਹੁੰਦੇ ਹਾਂ ਤਾਂ ਜੋ ਔਰਤਾਂ ਖੁਦ ਆਪਦੀ ਰਾਖੀ ਕਰ ਸਕਣ, ਔਰਤਾਂ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਅੱਗੇ ਆ ਸਕਣ, ਔਰਤਾਂ ਆਪਦੇ ਸਮਾਜ ਦੇ ਵਿੱਚੋਂ ਅੱਧ ਦਾ ਹਿੱਸਾ ਮੰਗ ਸਕਣ। ਅੱਜ ਕਿਰਨਜੀਤ ਇਸ ਗੱਲ ਦਾ ਪ੍ਰਤੀਕ ਹੈ ਕਿ 21 ਸਾਲ ਤੋਂ ਉਹ ਸਾਂਝੇ ਸੰਘਰਸ਼ ਦੀ ਬੁਨਿਆਦ ਜਿਹੜੀ ਅਸੀਂ ਰੱਖੀ ਸੀ, ਅੱਜ ਉਹ ਸਾਂਝੇ ਸੰਘਰਸ਼ ਦੀ ਬੁਨਿਆਦ ਨੂੰ ਬੂਰ ਪੈ ਰਿਹਾ, ਅੱਜ ਜੋ ਟੁੱਟ ਰਿਹਾ ਪੁਰਾਣਾ ਸੰਕਲਪ ਕਿ ਔਰਤਾਂ 'ਤੇ ਹੁੰਦੇ ਜ਼ੁਲਮਾਂ ਨੂੰ ਚੁੱਪ ਕਰਕੇ ਜਰ ਲਵੋ, ਸਗੋਂ ਔਰਤਾਂ 'ਤੇ ਹੁੰਦੇ ਜ਼ੁਲਮਾਂ ਦੇ ਖਿਲਾਫ ਅੱਜ ਭਾਵੇਂ ਅਨਾਓ ਦੇ ਵਿੱਚ ਹੈ, ਅੱਜ ਭਾਵੇਂ ਆਕਾਸਫਾ ਦੇ ਵਿੱਚ ਹੈ, ਅੱਜ ਭਾਵੇਂ ਕਠੂਏ ਦੇ ਵਿੱਚ ਹੈ, ਅੱਜ ਭਾਵੇਂ ਗੁੜੀਆ ਰੇਪ ਕੈਂਡ ਤੁਮਾਂ ਦਾ ਹੈ, ਅੱਜ ਔਰਤਾਂ ਅਤੇ ਮਰਦ ਰਲ ਕੇ ਅੱਜ ਉਹਨਾਂ ਘਿਨਾਉਣੇ ਜ਼ੁਲਮਾਂ ਦੇ ਖਿਲਾਫ ਮੈਦਾਨ 'ਚ ਆਉਣ ਲੱਗੇ ਹੈ। ਆ ਸਵਾਲ ਇੰਨਾ ਲੋੜ ਹੈ ਕਿ ਅਹਿਮ ਗੱਲ ਕੀ ਹੈ ਕਿ ਆਪਾਂ ਨੂੰ ਕਿ ਜ਼ੁਲਮਾਂ ਦੀ ਜਿਹੜੀ ਜੜ ਹੈ ਇਸ ਪ੍ਰਬੰਧ ਨੂੰ ਤਬਦੀਲ ਕਰਨ ਦੀ ਲੜਾਈ ਦੇ ਨਾਲ ਜੋੜ ਕੇ ਅੱਗੇ ਵਧਾਉਣਾ ਚਾਹੀਦਾ, ਫਿਰ ਹੀ ਔਰਤਾਂ ਦੀ ਮੁਕਤੀ ਹੋ ਸਕਦੀ ਹੈ, ਫਿਰ ਹੀ ਅੱਜ ਸੰਸਾਰ ਦੀਆਂ ਮਾਲਕ ਸਨਮਾਨਜਨਕ ਜ਼ਿੰਦਗੀ ਜਿਉਂ ਸਕਦੀਆਂ ਹਨ।